ठहरो ठहर, बहुतियां गल्लां ना कर। कल तुहाडे वीर दा कश्मीर पुल ते जाण दा इतफाक होया। पुल दी खब्बी साइड ते देखिया ते पी पेस्ट्री हाउस लिखिया सी। तुहाडे वीर ने लाहौर च विच बे बेकरी दा नाम सुनिया सी, पर अपने शहर फैसलाबाद च पी पेस्ट्री शॉप देख के दिल बड़ा खुश होया। ते हुण वीर मेरिया बेकरी दे वाले ना तैनू एक लैवल दी चीज़ मिलूगी। दुकान दे अंदर वड़ के वीरां दा माहौल देखिया ते वीरां दा माहौल परफेक्ट सी। एक अच्छा ते समझदार स्टाफ सी। खब्बे हथ ध्यान मारिया ते वीरां को बिस्कुटां दे हवाले ना 101 वरायटी सी। ਤੁਹਾਡੇ ਵੀਰ ਨੇ ਵੀ ਦੋ ਕਾਜੂਆਂ ਵਾਲੇ ਬਿਸਕੁਟ ਕਢਾਏ ਜਿਹੜੇ ਵਾਕਈ ਪਰਫੈਕਟ ਸੀ, ਮਜ਼ੇਦਾਰ ਸੀ। ਬਿਸਕੁਟ ਖਾਣ ਤੋਂ ਬਾਅਦ ਤੁਹਾਡੇ ਵੀਰ ਨੇ ਖੱਬੇ ਹੱਥ ਧਿਆਨ ਮਾਰਿਆ ਤੇ ਵੀਰਾਂ ਕੋਲ ਕੇਕ 'ਚ 102 ਵਰਾਇਟੀ ਸੀ। ਤੁਹਾਡੇ ਵੀਰ ਨੇ ਵੀ ਇੱਕ ਕੇਕ ਕਢਾ ਕੇ ਚੈੱਕ ਕੀਤਾ ਜਿਹੜਾ ਵਾਕਈ ਲੈਵਲ ਦਾ ਸੀ, ਮਜ਼ੇਦਾਰ ਸੀ, ਪਰਫੈਕਟ ਸੀ। ਇਸ ਤੋਂ ਬਾਅਦ ਤੁਹਾਡੇ ਵੀਰ ਨੇ ਸਾਹਮਣੇ ਧਿਆਨ ਮਾਰਿਆ ਤੇ ਸਾਹਮਣੇ ਵੀਰਾਂ ਕੋਲ ਕੁਕੀਜ਼ 'ਚ 103 ਵਰਾਇਟੀ ਸੀ। ਤੁਹਾਡੇ ਵੀਰ ਨੇ ਵੀ ਕੁਕੀਜ਼ ਦਾ ਇੱਕ ਗਿਫਟ ਪੈਕ ਲਵਾ ਕੇ ਚੈੱਕ ਕੀਤਾ ਜਿਹਦੀ ਕੀਮਤ ਸੀ 2400 ਰੁਪਈਆ। ਵਾਕਈ ਗਿਫਟ ਦੇਣ ਵਾਲੀ ਸ਼ੈ ਸੀ। ਇਸ ਤੋਂ ਬਾਅਦ ਤੁਹਾਡੇ ਵੀਰ ਨੇ ਇੱਕ ਸਮਾਲ ਕੁਕੀਜ਼ ਦਾ ਗਿਫਟ ਪੈਕ ਦੇਖਿਆ ਜਿਹਦੀ ਕੀਮਤ ਸੀ 1150 ਰੁਪਈਏ। ਇਹ ਨੇ ਸਾਡੇ ਉਮਰ ਸਲੀਮ ਬਾਈ ਜਿਹੜੇ ਇਸ ਪੇਸਟਰੀ ਹਾਊਸ ਦੇ ਨਿਜ਼ਾਮ ਨੂੰ ਬੜੇ ਅੱਛੇ ਤਰੀਕੇ ਨਾਲ ਚਲਾ ਰਹੇ ਆ। ਨੁੱਕਰ 'ਚ ਧਿਆਨ ਮਾਰਿਆ ਤੇ ਵੀਰਾਂ ਕੋਲ ਕਨਾਫਾ ਤੇ ਅਰਾਬਿਕ ਸਵੀਟ ਲੱਗੀ ਸੀ। ਤੁਹਾਡੇ ਵੀਰ ਨੇ ਕਨਾਫਾ ਤੇ ਅਰਾਬਿਕ ਸਵੀਟ ਵੀ ਚੈੱਕ ਕੀਤੀ ਜਿਹਦੀ ਕੀਮਤ ਸੀ 1400 ਰੁਪਏ ਕਿਲੋ। ਪਰਫੈਕਟ ਸੀ, ਮਜ਼ੇਦਾਰ ਸੀ, ਹਾਈਲੀ ਰਿਕਮੈਂਡਡ ਆ। ਅਰਾਬਿਕ ਸਵੀਟ ਖਾ ਕੇ ਤੁਹਾਡੇ ਵੀਰ ਦਾ ਦਿਲ ਖੁਸ਼ ਹੋਇਆ ਕਿਉਂਕਿ ਪਹਿਲੇ ਕਦੀ ਨਹੀਂ ਸੀ ਖਾਧੀ। ਵਾਕਈ ਲੈਵਲ ਦੀ ਸੀ, ਮਜ਼ੇਦਾਰ ਸੀ। ਤੇ ਹੁਣ ਵੀਰ ਮੇਰਿਆ ਮੇਰੇ ਮਜ਼ਿਆਂ ਤੇ ਨਾ ਰਹੀ, ਪੁੱਛ ਲਈ ਇਹ ਕਿੱਥੇ ਆ ਭਾਈ? ਇਹ ਵੀਰਾਂ ਦਾ ਸੈਟਅਪ ਆ ਕਸ਼ਮੀਰ ਪੁਲ ਸਾਰੀਆਸ ਦੇ ਬਿਲਕੁਲ ਨਾਲ ਪੇਸਟਰੀ ਸ਼ਾਪ ਦੇ ਨਾਮ ਤੋਂ। ਤੇ ਹੁਣ ਵੀਰ ਮੇਰਿਆ ਲੰਘਦਾ ਵੜਦਾ ਇਸ ਜਗ੍ਹਾ ਤੇ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਂ, ਕਿਉਂਕਿ ਤੈਨੂੰ ਬੈਕਰੀ ਦੇ ਹਵਾਲੇ ਨਾਲ ਵਾਕਈ ਲੈਵਲ ਦੀ ਚੀਜ਼ ਮਿਲੂਗੀ। ਕਿਉਂਕਿ ਵੀਰ ਮੇਰਿਆ ਤੂੰ ਵੀ ਜਾਣਦਾ ਵਾਂ ਕਿ ਇਸ ਬੈਕਰੀ ਦੀ ਇੱਕ ਇੱਕ ਚੀਜ਼ ਨੂੰ ਇਸ ਲੈਵਲ ਤੇ ਪਹੁੰਚਾਉਣ ਵਾਸਤੇ ਪਿੱਛੇ ਇੱਕ ਪੂਰੀ ਟੀਮ ਆ, ਤੇ ਉਸ ਟੀਮ ਨੂੰ ਮੇਰੇ ਵੱਲੋਂ ਸ਼ਾਬਾਸ਼ ਆ, ਕਿਉਂਕਿ ਉਹ ਮੇਰੇ ਸ਼ਹਿਰ ਫੈਸਲਾਬਾਦ ਨੂੰ ਇੱਕ ਅੱਛੀ ਔਰ ਮਿਆਰੀ ਚੀਜ਼ ਦੇ ਰਹੇ ਆ। ਸੱਜੇ ਹੱਥ ਨੁੱਕਰ 'ਚ ਧਿਆਨ ਮਾਰਿਆ ਤੇ ਵੀਰਾਂ ਕੋਲ ਪੇਸਟਰੀਆਂ 'ਚ 105 ਵਰਾਇਟੀਆਂ ਸੀ ਜਿਹਦੀ ਕੀਮਤ ਸੀ 200 ਰੁਪਈਆ। ਤੁਹਾਡੇ ਵੀਰ ਨੇ ਵੀ ਇੱਕ ਪੇਸਟਰੀ ਕਢਾਈ ਤੇ ਪੂਰੇ ਭਾਰ ਨਾਲ ਖਾਧੀ। ਤੇ ਕਾਹ ਪੀ ਕੇ ਤੁਹਾਡਾ ਵੀਰ ਇਹ ਕਹਿਣ 'ਤੇ ਮਜਬੂਰ ਹੋ ਗਿਆ ਕਿ ਇਹਨਾਂ ਦੀ ਹਰ ਚੀਜ਼ ਦਾ ਲੈਵਲ ਹੀ ਨਹੀਂ ਬਲਕਿ ਨੈਕਸਟ ਲੈਵਲ ਹੈ।